ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਦਿੰਦਰ ਸਿੰਘ ਲੋਕਰਾਣ ਤੇ ਤੁਹਾਡਾ ਸਵਾਗਤ, ਤੇ ਮੇਰੇ ਨਾਲ ਨੇ ਬਲਵੀਰ ਸਿੰਘ ਰਾਜੇਵਾਲ ਸਾਹਿਬ। ਰਾਜੇਵਾਲ ਸਾਹਿਬ ਤੋਂ ਅਸੀਂ ਅੱਜ ਜਾਣਾਂਗੇ ਕਿ ਰਾਜੇਵਾਲ ਸਾਹਿਬ ਇੱਕ ਨਵਾਂ ਉਪਰਾਲਾ ਕਰਨ ਜਾ ਰਹੇ ਨੇ, ਜਿਵੇਂ ਤਮਾਮ ਉਮਰ ਸੰਘਰਸ਼ਾਂ ਦੇ ਵਿੱਚ ਲੰਘੀ ਹੈ, ਕਿਸਾਨੀ ਦੇ ਲਈ ਲੜਾਈ ਲੜਦੇ ਰਹੇ ਨੇ। ਤਿੰਨ ਖੇਤੀ ਕਾਨੂੰਨਾਂ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਲੀਡ ਕਰ ਰਹੇ ਸੀ ਪੂਰੇ ਅੰਦੋਲਨ ਨੂੰ। ਇੱਕ ਵਾਰ ਫਿਰ ਰਾਜੇਵਾਲ ਸਾਹਿਬ ਚੰਡੀਗੜ੍ਹ ਦੀ ਧਰਤੀ ਤੇ ਕਿਸਾਨੀ ਮੰਗਾਂ ਦੇ ਲਈ, ਪੰਜਾਬ ਦੇ ਮੰਗਾਂ ਦੇ ਲਈ, ਖਾਸ ਕਰਕੇ ਮੈਂ ਹੁਣ ਕਿਸਾਨੀ ਨਹੀਂ ਕਹੂੰਗਾ, ਪੰਜਾਬ ਦੇ ਮੰਗਾਂ ਦੇ ਲਈ ਪਾਣੀ ਨੂੰ ਲੈ ਕੇ ਇੱਕ ਉਪਰਾਲਾ ਕਰਨ ਜਾ ਰਹੇ ਨੇ, ਮੋਰਚਾ ਖੋਲ੍ਹਣ ਜਾ ਰਹੇ ਨੇ। ਉਹਦਾ ਰੋਡ ਮੈਪ ਜਾਣਾਂਗੇ ਆਪਾਂ ਕਿ ਰਾਜੇਵਾਲ ਸਾਹਿਬ ਇਸ ਕਿਵੇਂ ਇਸ ਨੂੰ ਲੀਡ ਕਰਨਗੇ, ਅੱਜ ਕਿਹੜੀ ਲੋੜ ਮਹਿਸੂਸ ਕਰਦੇ ਨੇ, ਉਹ ਇਸੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਰਾਜੇਵਾਲ ਸਾਹਿਬ ਨੇ। ਰਾਜੇਵਾਲ ਸਾਹਿਬ ਸਵਾਗਤ ਹੈ ਤੁਹਾਡਾ ਜੀ। ਮਿਹਰਬਾਨੀ ਜੀ। ਜੀ ਰਾਜੇਵਾਲ ਸਾਹਿਬ, 30 ਦਸੰਬਰ ਦੀਆਂ ਤਿਆਰੀਆਂ ਤੁਸੀਂ ਕਰ ਰਹੇ ਹੋ, ਤੁਹਾਡੇ ਨਾਲ ਦਾ ਗਰੁੱਪ, ਤੁਹਾਡੀ ਜਥੇਬੰਦੀ ਇਸ ਅਹਿਮ ਇੱਕ ਕਾਰਜ ਦੇ ਲਈ ਸੰਘਰਸ਼ ਕਰਨ ਜਾ ਰਹੇ ਨੇ ਪਾਣੀਆਂ ਦੇ ਮਸਲੇ ਦੇ ਉੱਤੇ। ਆਖਿਰ ਪਾਣੀਆਂ ਦਾ ਜਿਹੜਾ ਇਹ ਮਸਲਾ ਹੈਗਾ ਪਾਣੀ ਬਚਾਉਣ ਦਾ, ਤੁਸੀਂ ਪਾਣੀ ਦੇ ਵਿੱਚੋਂ ਕਿਹੜਾ ਕਿਹੜਾ ਟੌਪਿਕ ਇਹਦੇ ਤੇ ਲੈ ਕੇ ਚੱਲ ਰਹੇ ਹੋ ਸੰਘਰਸ਼ ਦੇ ਵਿੱਚ? ਦੇਖੋ ਜੀ, ਪੰਜਾਬ ਦਾ ਜੇ ਸਹੀ ਅਰਥਾਂ ਵਿੱਚ ਦੇਖਿਆ ਜੇ, ਨਾ ਹੀ ਪੰਜਾਂ ਦਰਿਆਵਾਂ ਦੀ ਧਰਤੀ ਹੈ, ਪੰਜਾਬ ਪੰਜਾਂ ਪਾਣੀਆਂ ਦੀ ਧਰਤੀ ਦੇ ਨਾਂ ਤੇ ਪਿਆ ਪੰਜਾਬ ਦਾ ਨਾਂ। ਜੀ ਅੱਜ ਸਾਡੀ ਸਥਿਤੀ ਹੈ, ਅਸੀਂ ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਨੇ ਕੇਂਦਰ ਦੇ ਆਖੇ ਲੱਗ ਕੇ। ਜਦੋਂ ਦੇਸ਼ ਨੂੰ ਅੰਨ ਸੰਕਟ ਸੀਗਾ ਦੇਸ਼ ਦਾ, ਉਦੋਂ ਅਸੀਂ ਅੰਨ ਸੰਕਟ ਹੱਲ ਕਰਨ ਵਾਸਤੇ ਆਪਣੇ ਧਰਤੀ ਦੇ ਜਿਹੜੇ ਰਿਸੋਰਸਿਸ ਨੇ ਪੰਜਾਬ ਦੇ, ਉਹਨਾਂ ਦੀ ਵੀ ਪਰਵਾਹ ਨਹੀਂ ਕੀਤੀ। ਅਸੀਂ ਅੰਨ ਸੰਕਟ ਦੂਰ ਕਰਨ ਵਾਸਤੇ ਦਿਨ ਰਾਤ ਇੱਕ ਕਰਤਾ। ਨਤੀਜਾ ਇਹ ਹੋਇਆ ਵੀ ਅਸੀਂ ਝੋਨਾ, ਜਿਹੜਾ ਸਾਡੀ ਫਸਲ ਨਹੀਂ ਸੀ, ਉਹ ਅੱਜ ਵੱਡੀ ਪੱਧਰ ਤੇ ਉਗਾਉਂਦੇ ਹਾਂ। ਔਰ ਝੋਨਾ ਨਹੀਂ, ਅਸਲ ਵਿੱਚ ਅਸੀਂ ਪਾਣੀ ਦੇਸ਼ ਨੂੰ ਦਿੰਦੇ ਹਾਂ। ਜਿਵੇਂ ਕੋਈ ਕਹਿੰਦਾ 3,000 ਲੀਟਰ ਨਾਲ 1 ਕਿਲੋ ਚੌਲ ਪੈਦਾ ਹੁੰਦੇ ਨੇ, ਕੋਈ ਕਹਿੰਦਾ 5,000 ਨਾਲ ਹੁੰਦੇ ਨੇ, ਪਰ ਸਾਡਾ ਪਾਣੀ ਜਿਹੜਾ ਸੀਗਾ ਝੋਨੇ ਦੇ ਯੂਜ਼ ਵਿੱਚ ਬਾਕੀ ਦੇਸ਼ ਵਾਸੀਆਂ ਲਈ ਜਾਂਦਾ ਰਿਹਾ। ਔਰ ਸਾਨੂੰ ਉਹਦਾ ਉਹ ਕਿਸੇ ਕੋਸਟ ਕੈਲਕੂਲੇਸ਼ਨ ਨਹੀਂ ਆਉਂਦਾ। ਇਹਦੀ ਇਹ ਤੋਂ ਵੀ ਅਗਲੀ ਗੱਲ ਜਿਹੜੀ ਜਾਂਦਾ ਰਹੇ ਕੋਈ ਨਹੀਂ, ਪਰ ਸਾਨੂੰ ਇੱਕ ਚਿੰਤਾ ਇਹ ਹੋਈ ਵੀ ਅੱਜ ਅਸੀਂ ਕਿੱਥੇ ਖੜੇ ਹਾਂ ਪਾਣੀਆਂ ਦੇ ਮਾਮਲੇ ਤੇ। ਇੱਕ ਰਿਪੋਰਟ ਆਈ ਇੰਟਰਨੈਸ਼ਨਲ ਲੈਵਲ ਦੀ ਇੱਕ ਏਜੰਸੀ ਦੀ, ਬਈ 2025 ਵਿੱਚ ਦੁਨੀਆ ਦੀ 2/3 ਆਬਾਦੀ ਪੀਣ ਵਾਲੇ ਪਾਣੀ ਨੂੰ ਤਰਸੇਗੀ। 800 ਕਰੋੜ ਦੀ ਆਬਾਦੀ ਹੈ, ਮਤਲਬ 125 ਕਰੋੜ ਨੂੰ ਪਾਣੀ ਨਹੀਂ ਮਿਲਣਾ ਪੀਣ ਲਈ। 2025 ਆ ਗਿਆ, ਸਾਡੀ ਸਰਕਾਰ ਦੀ ਰਿਪੋਰਟ ਆ ਗਈ ਵੀ 2030 ਤੱਕ ਪੰਜਾਬ ਦਾ ਪਾਣੀ ਖਤਮ ਹੋ ਜਾਏਗਾ ਔਰ ਪੰਜਾਬ ਬੰਜਰ ਹੋ ਜਾਏਗਾ। ਇਹ ਦੋਵੇਂ ਚੌਂਕਾਉਣ ਵਾਲੀਆਂ ਸਥਿਤੀਆਂ ਨੇ। ਫਿਰ ਪਿਛਲੇ ਦਿਨੀ ਇੱਕ ਸਾਡੇ ਸਾਥੀਆਂ ਨੇ, ਮੇਰੇ ਪਾਰਟੀ ਦੇ ਵਰਕਰਾਂ ਨੇ ਮੋਰਚਾ ਲਾਇਆ ਫਾਜ਼ਿਲਕਾ ਤੋਂ ਗੰਗਾਨਗਰ ਜਾਣ ਵਾਲੀ ਸੜਕ 2 ਮਹੀਨੇ ਬੰਦ ਰੱਖੀ। ਉੱਥੇ ਗਰਮੀਆਂ ਦੇ ਵਿੱਚ ਜਦੋਂ ਬਾਰਿਸ਼ ਨਹੀਂ ਹੋਈ, ਇਹਨਾਂ ਨੇ ਪਾਣੀ ਬੰਦ ਕਰਤਾ। ਉੱਥੇ ਹੋਰ ਕੋਈ ਸਾਧਨ ਨਹੀਂ, ਉੱਥੇ ਕਿੰਨੋ ਦੇ ਬਾਗ ਸਾਰੇ ਸੁੱਕ ਗਏ, ਉਹਦਾ ਮੁਆਵਜ਼ਾ ਨਹੀਂ ਸੀ ਦਿੰਦੇ। ਉੱਥੋਂ ਚੱਲਦੇ ਚੱਲਦੇ ਗੱਲ ਪਾਣੀ ਤੇ ਆ ਗਈ ਵੀ ਤੁਸੀਂ ਸਾਨੂੰ ਜਿੰਨਾ ਐਲੋਕੇਟ ਹੋਇਆ ਪਾਣੀ ਹੈ ਉਹ ਤੋਂ ਘੱਟ ਦਿੰਦੇ ਹੋ, ਜਿਹੜਾ ਉਹਨਾਂ ਨੂੰ ਨਹਿਰੀ ਪਾਣੀ ਮਿਲਦਾ ਸੀ। ਔਰ 1 ਮਹੀਨੇ ਦੀ ਧਰਨੇ ਤੋਂ ਬਾਅਦ ਸਰਕਾਰ ਨੇ ਉੱਥੇ ਜਦੋਂ ਪਾਣੀ ਨਾਪਿਆ, ਉਹ 1 ਰਜਵਾਹੇ ਦੇ ਵਿੱਚ, ਵੱਡਾ ਰਜਵਾਹਾ ਸੀ, 800 ਕਿਊਸਿਕ ਪਾਣੀ ਘੱਟ ਨਿਕਲਿਆ। ਜਦੋਂ ਸਾਰਾ ਦੇਖਿਆ, ਮੈਂ ਕਿਹਾ ਫਿਰ ਸਾਰੇ ਪੰਜਾਬ 'ਚ ਹੁਣ ਅੱਜ ਤਾਂ ਹਾਲਤ ਇਹ ਹੈ ਵੀ ਅੱਜ ਤੋਂ 50 ਸਾਲ ਪਹਿਲਾਂ ਜਦੋਂ ਭਾਖੜਾ ਡੈਮ ਤੇ ਬਾਅਦ ਨੈਟਵਰਕ ਖੜਾ ਹੋਇਆ ਤਾਂ ਹਰ ਖੇਤ ਨੂੰ ਪਾਣੀ ਮਿਲਦਾ ਸੀ, ਅੱਧਾ ਘੰਟਾ ਵਾਰੀ ਹੁੰਦੀ ਸੀ। ਅਗਲਾ ਚਾਹੇ ਆਪਣੇ ਸਾਰੇ ਖੇਤਾਂ ਨੂੰ ਲਾ ਲਵੇ ਪਾਣੀ, ਚਾਹੇ 1 ਨੂੰ ਲਾਵੇ, ਜੇ 10 ਕਿੱਲੇ ਨੇ ਉਹਨੂੰ 5 ਘੰਟੇ ਪਾਣੀ ਮਿਲਣਾ, ਹਰ ਖੇਤ ਨੂੰ ਮਿਲਦਾ ਹੁੰਦਾ ਸੀ। ਫਿਰ ਜਦੋਂ ਸਰਕਾਰ ਨੇ ਅੰਨ ਪੈਦਾ ਕਰਾਉਣ ਵਾਸਤੇ ARPC ਸਕੀਮ 'ਚ ਟਿਊਬਵੈਲ ਕੁਨੈਕਸ਼ਨ ਦਿੱਤੇ, ਅਸੀਂ ਤੜਾਤੜ ਟਿਊਬਵੈਲ ਕੁਨੈਕਸ਼ਨ ਲੈ ਲਏ ਔਰ ਇੱਕ ਸੁੱਖ ਜਿਹਾ ਮਹਿਸੂਸ ਕੀਤਾ ਵੀ ਬਟਨ ਦੱਬੋ ਪਾਣੀ ਨਿਕਲ ਆਉਂਦਾ। ਅਸੀਂ ਕਿਹਾ ਵੀ ਕਿਹੜਾ ਖਾਲੇ ਮਾਂਜੂ, ਅਸੀਂ ਖਾਲੇ ਖੁਲੇ ਵੀ ਢਾਹਤੇ। ਗਾਹ ਇਰੀਗੇਸ਼ਨ ਡਿਪਾਰਟਮੈਂਟ ਐਸਾ ਭਲਾ ਮਨਸ ਦੇਖਿਆ, ਇਹਨਾਂ ਨੇ ਕਾਗਜ਼ਾਂ 'ਚ ਸਫਾਈ ਕੀਤੀ, ਸੂਏ ਸਾਡੇ 5-5 ਕਿਲੋਮੀਟਰ ਪਹਿਲਾਂ ਹੀ ਖਤਮ ਹੋ ਗਏ ਟੇਲ ਐਂਡ ਤੋਂ, ਔਰ ਉਹਨਾਂ 'ਚ ਦਰਖਤ ਜੰਮੇ ਆਏ। ਹੁਣ ਉਹਨਾਂ 'ਚ ਜਿੰਨੀ ਉਹਦੀ ਇਨਟੇਕ ਕਪੈਸਿਟੀ, ਉਦੋਂ ਅੱਧਾ ਪਾਣੀ ਆਉਂਦਾ, ਉਦੋਂ ਵੀ ਘੱਟ ਆਉਂਦਾ। ਕਈ ਜਗ੍ਹਾ 'ਚ ਪੂਰਾ ਛੱਡ ਦੇਣ ਤਾਂ ਸੂਆ ਟੁੱਟਦਾ, ਫਿਰ ਉੱਥੇ ਪਿੱਛੋਂ ਫਾਟਕ ਨੀਵੇਂ ਕਰ ਦਿੰਦੇ ਨੇ ਮੁਫ਼ਤ 'ਚ। ਅਸੀਂ ਉੱਦਾਂ ਹਰਿਆਣੇ ਰਾਜਸਥਾਨ ਨਾਲ ਲੜਦੇ ਹਾਂ, ਉਹ ਸਾਡੇ ਮਹਿਕਮਿਆਂ ਦੀ ਗਲਤੀ ਕਰਕੇ ਮੁਫ਼ਤ 'ਚ ਪਾਣੀ ਉੱਧਰ ਜਾ ਰਿਹਾ ਹੈ। ਜਦੋਂ ਫਿਰ ਇਹ ਸਾਰਾ ਸਟੱਡੀ ਕੀਤਾ, ਫਿਰ ਦੇਖਿਆ ਇੱਕ ਰਿਪੋਰਟ ਆਈ ਬਈ ਸਾਡੇ ਕੋਲ ਟੋਟਲ ਜਿਹੜਾ 320 MAF ਪਾਣੀ ਧਰਤੀ ਦੇ ਹੇਠ 3 ਤਹਿਾਂ 'ਚ ਹੈ। ਹੁਣ ਅਸੀਂ ਅਖੀਰਲੀ ਤਹਿ 'ਚੋਂ ਕੱਢ ਰਹੇ, ਉੱਪਰਲੀਆਂ 2 ਤਹਿਾਂ ਦਾ ਮੁੱਕ ਗਿਆ। ਉਹਦੇ 'ਚ ਜਿੰਨਾ ਰੀਚਾਰਜ ਹੁੰਦਾ ਔਰ ਜਿੰਨਾ ਅਸੀਂ ਕੱਢਦੇ ਹਾਂ ਉਹ ਸਾਰਾ ਕਰਕੇ, ਫਿਰ ਹਰ ਹਰ ਸਾਲ ਅਸੀਂ ਤਕਰੀਬਨ 15 MAF ਪਾਣੀ ਫਾਲਤੂ ਕੱਢੀ ਜਾਂਦੇ ਹਾਂ। ਇਹਦਾ ਮਤਲਬ ਵੀ ਆਉਣ ਵਾਲੇ ਬਹੁਤ ਹੀ ਜਲਦੀ 5-7 ਸਾਲਾਂ ਵਿੱਚ ਪਾਣੀ ਮੁੱਕ ਜਾਏਗਾ ਧਰਤੀ ਦੇ ਹੇਠਲਾ।
ਜਿਹੜਾ ਉੱਪਰਲਾ ਪਾਣੀ ਹੈ ਸਾਡਾ, ਜਿਹਦੀ ਮਾਰਕੀ ਸਾਡੀ ਸੀ, ਜਦੋਂ ਇਹਨੂੰ ਸਟੱਡੀ ਕੀਤਾ ਫਿਰ ਪਤਾ ਲੱਗਿਆ ਵੀ ਪਾਣੀ ਸਟੇਟ ਸਬਜੈਕਟ ਹੈ। ਜਿਵੇਂ ਅਸੀਂ ਤਿੰਨ ਕਾਨੂੰਨਾਂ ਦੀ ਗੱਲ ਕੀਤੀ, ਇਹ ਕੰਸਟੀਟਿਊਸ਼ਨ ਦੀ ਜਿਹੜੀ ਸਾਡੀ ਸਟੇਟ ਲਿਸਟ ਹੈ ਉਹਦੇ 'ਚ 17 ਨੰਬਰ 'ਤੇ ਪਾਣੀ ਦਰਜ ਹੈ। ਪਾਣੀ ਦੇ ਮਾਮਲੇ ਵਿੱਚ ਭਾਰਤ ਸਰਕਾਰ ਕੋਈ ਕਾਨੂੰਨ ਨਹੀਂ ਬਣਾ ਸਕਦੀ, ਕੋਈ ਵੰਡ ਨਹੀਂ ਕਰ ਸਕਦੀ, ਨਾ ਸੁਪਰੀਮ ਕੋਰਟ ਦਖਲ ਦੇ ਸਕਦੀ ਹੈ। ਪਰ ਇੱਥੇ ਹੋਇਆ ਇਹ ਹੈ ਵੀ ਜਿਹਦੀ ਵੀ ਸਰਕਾਰ ਹੁੰਦੀ ਸੀ ਉਹ ਏਡੇ ਕਮਜ਼ੋਰ ਲੀਡਰ ਸੀ, ਉਹਨਾਂ ਨੇ ਸੈਂਟਰ ਸਰਕਾਰ ਅੱਗੇ ਗਰਦਨ ਟੇਢੀ ਕਰਕੇ ਨੀਵੀਂ ਕਰਕੇ ਬਹਿ ਜਾਂਦੇ ਸੀ, ਵੱਢ ਲਓ ਜਿੰਨਾ ਵੱਢਣਾ। ਔਰ ਜਿੰਨੇ ਸਮਝੌਤੇ ਹੋਏ ਗੈਰ ਕਾਨੂੰਨੀ ਹੋਏ। ਜਦੋਂ ਰੀਓਰਗਨਾਈਜੇਸ਼ਨ ਹੋਈ ਪੰਜਾਬ ਔਰ ਹਰਿਆਣੇ ਦੀ, ਉਦੋਂ ਰੀਓਰਗਨਾਈਜੇਸ਼ਨ ਐਕਟ ਦੇ ਵਿੱਚ 1878-79 ਪਾ ਕੇ ਪਾਣੀ ਵੰਡਣ ਦੇ ਅਧਿਕਾਰ ਸੈਂਟਰ ਨੇ ਆਪਣੇ ਕੋਲ ਲੈ ਲਏ, ਜਦਕਿ ਹੋਰ ਵੀ ਸਟੇਟਾਂ ਆਰਗਨਾਈਜ਼ ਹੋਈਆਂ, ਕਿਸੇ ਤੇ ਏਦਾਂ ਨਹੀਂ ਕੀਤਾ ਗਿਆ। ਇੱਕ ਪਿਛਲੇ ਦਿਨ ਇੱਕ ਸੈਮੀਨਾਰ ਸੀ, ਉਸ ਸੈਮੀਨਾਰ ਚ ਇੱਕ ਐਕਸਪਰਟ ਨੇ ਕਿਹਾ ਵੀ ਸੌਖਾ ਜਿਹਾ ਰਸਤਾ ਦੱਸਣਾ ਹਿੰਦੁਸਤਾਨ ਦੇ ਸਾਊਥ ਦੀਆਂ ਸਟੇਟਾਂ ਚੋਂ ਜਿਹਨਾਂ ਦਾ ਕੋਈ ਪੰਜਾਬ ਨਾਲ ਕੋਈ ਇੰਟਰਸਟ ਨਹੀਂ, ਆਸਾਮ ਤੋਂ ਇੱਕ ਸੀਨੀਅਰ ਵਕੀਲ ਲੈ ਲਓ, ਇੱਕ ਤਾਮਿਲਨਾਡੂ ਚੋਂ ਲੈ ਲਓ, ਇੱਕ ਕੇਰਲਾ ਚੋਂ ਲੈ ਲਓ, ਇੱਕ ਮਹਾਰਾਸ਼ਟਰ ਚੋਂ ਲੈ ਲਓ, ਉਹ ਚੌਹਾਂ ਨੂੰ ਇਹ ਪ੍ਰੋਬਲਮ ਉਹਨਾਂ ਦੇ ਸਾਹਮਣੇ ਰੱਖ ਦਿਓ ਵੀ ਆਹ ਪਾਣੀ ਦੀ ਇੰਨਾ ਪਾਣੀ ਹੈ ਸਾਡਾ, ਇਹ ਵੰਡ ਦਿਓ, ਕਿਵੇਂ ਵੰਡਣਾ, ਕਾਨੂੰਨ ਜੋ ਕਹਿੰਦਾ। ਜੋ ਕਾਨੂੰਨ ਦੇ ਮੁਤਾਬਕ ਵੰਡਣਾ ਪਾਣੀ ਤਾਂ ਫਿਰ ਸਮੱਸਿਆ ਹੱਲ ਹੋ ਜਾਏਗੀ, ਨਾ ਹਰਿਆਣੇ ਦਾ ਹਿੱਸਾ ਬਣਦਾ, ਨਾ ਰਾਜਸਥਾਨ ਦਾ ਬਣਦਾ, ਨਾ ਦਿੱਲੀ ਦਾ ਬਣਦਾ। ਪਰ ਹੁੰਦਾ ਇਹ ਰਿਹਾ ਵੀ ਇੱਕ ਤਾਂ ਪਹਿਲਾਂ ਹੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਪਾਣੀ ਦੇ ਗਿਆ ਰਾਜਸਥਾਨ ਨੂੰ। ਫਿਰ 1955 ਵਿੱਚ ਵਰਲਡ ਬੈਂਕ ਦੀ ਸਾਲਸੀ ਸੀ, ਉਹ ਸਾਲਸੀ ਤੋਂ ਡਰਦਿਆਂ ਸਾਡੇ ਕੇਂਦਰ ਦਾ ਜਿਹੜਾ ਇਰੀਗੇਸ਼ਨ ਮਿਨਿਸਟਰ ਸੀ ਗੁਲਜ਼ਾਰੀ ਲਾਲ ਨੰਦਾ, ਉਹਨੇ ਇੱਕ ਮੀਟਿੰਗ ਸੱਦੀ ਜਿਹਦੇ ਜੰਮੂ ਕਸ਼ਮੀਰ ਉਸ ਵੇਲੇ ਜੁਆਇੰਟ ਪੰਜਾਬ ਸੀ, ਪੰਜਾਬ ਤੇ ਦਿੱਲੀ ਦਾ, ਇੱਥੇ ਦੇ ਜਿਹੜੇ ਮਿਨਿਸਟਰ ਸੀਗੇ ਇਰੀਗੇਸ਼ਨ ਦੇ, ਉਹ ਸੱਦ ਲਏ ਉਹਨਾਂ ਨੂੰ, ਸੱਦ ਕੇ ਉਹਨਾਂ ਨੂੰ ਕਿਹਾ ਵੀ ਆਹ ਪਾਣੀ ਹੈ, ਜੇ ਇਹਨੂੰ ਠੀਕ ਤਰ੍ਹਾਂ ਨਾ ਵੰਡਿਆ ਤਾਂ ਫਿਰ ਕਿਤੇ ਪਾਕਿਸਤਾਨ ਨੂੰ ਨਾ ਪਾਣੀ ਹੈ ਚਲਾ ਜਾਏ। ਉਦੋਂ ਡਰਦੇ ਪਾਣੀ ਦੀ ਵੰਡ ਕਰਨ ਲੱਗੇ। ਸਾਡਾ ਉਸ ਵੇਲੇ ਲਹਿਰੀ ਸਿੰਘ ਸੀ ਜਿਹੜਾ ਸੋਨੀਪਤ ਤੋਂ ਸੀ, ਜਿਹੜਾ ਇਰੀਗੇਸ਼ਨ ਮਿਨਿਸਟਰ ਸੀ ਪੰਜਾਬ ਦਾ, ਉਹਨੂੰ ਪੁੱਛਿਆ ਗਿਆ ਵੀ ਤੁਹਾਨੂੰ ਪਾਣੀ ਕਿੰਨਾ ਹੋਰ ਚਾਹੀਦਾ, ਉਹ ਕਹਿੰਦੇ ਸਾਡੇ ਕੋਲ ਧਰਤੀ 'ਚ ਬਹੁਤ ਹੈ, ਦੂਰ ਅੰਦੇਸ਼ੀ ਵੀ ਨਹੀਂ ਸੀ, ਉਹਨੇ ਇਹ ਕਹਿਤਾ। ਤੇ ਉਹਨਾਂ ਨੇ ਜਿੰਨਾ ਪਾਣੀ ਹੋ ਸਕਿਆ ਰਾਜਸਥਾਨ ਨੂੰ ਦੁੱਗਣਾ ਹੋਰ ਦਿੱਤਾ, ਥੋੜਾ ਜਿਹਾ ਜੰਮੂ ਕਸ਼ਮੀਰ ਨੂੰ ਵਧਾ ਦਿੱਤਾ, ਕੁਛ ਸਾਨੂੰ ਥੋੜਾ ਜਿਹਾ ਪਾਣੀ ਵਧਾ ਦਿੱਤਾ, ਉਹ ਤੁੱਥ ਮੁੱਥ ਵੰਡ ਕਰਤੀ। ਉਹਦੇ ਵਿੱਚ ਅਖੀਰ 'ਚ ਫਿਰ ਉਹਨਾਂ ਨੇ ਕਿਹਾ ਜੀ ਮੁਫ਼ਤ ਜਾਂਦਾ ਇਹਦੀ ਕੋਈ ਕੀਮਤ, ਉਹਦੇ 'ਚ ਫੈਸਲੇ 'ਚ ਲਿਖਿਆ ਬਈ ਨੀਅਰ ਫਿਊਚਰ 'ਚ ਬਹੁਤ ਜਲਦੀ ਇੱਕ ਮੀਟਿੰਗ ਸੱਦੀ ਜੋ ਜਿਹਦੇ ਵਿੱਚ ਪਾਣੀ ਦੇ ਰੇਟ ਤੈਅ ਕੀਤੇ ਜਾਣਗੇ। ਹੁਣ ਮੈਂ ਇਹ ਸਟੱਡੀ ਕਰਦੇ ਕਰਦੇ ਦੇਖਿਆ ਬਈ ਹਿਮਾਚਲ ਤੋਂ 15 ਦਸੰਬਰ 2019 ਨੂੰ ਦਿੱਲੀ ਸਰਕਾਰ ਨੇ ਪਾਣੀ ਲੈਣ ਦਾ ਸਮਝੌਤਾ ਕੀਤਾ, ਉਹਨਾਂ ਨੂੰ 32 ਰੁਪਈਏ ਪਰ 1000 ਕਿਊਬਿਕ ਫੁੱਟ ਪਾਣੀ ਦਾ ਰੇਟ ਤੈਅ ਕੀਤਾ। 25 ਸਾਲ ਦਾ ਸਮਝੌਤਾ, ਹਰ 5 ਸਾਲ ਵੱਲ ਉਹਨੇ ਰਿਵਿਊ ਹੋਣਾ, 5 ਸਾਲਾਂ ਬਾਅਦ ਜਿੰਨਾ ਪ੍ਰਾਈਸ ਇੰਡੈਕਸ ਉੱਤੇ ਜਾਊ ਉਨਾ ਉਹਦਾ ਰੇਟ ਵੱਧ ਜਾਣਾ। ਕੁਛ ਉਹਨਾਂ ਨੂੰ ਕਰੋੜਾਂ ਰੁਪਏ ਦੀ ਪਲਾਟ ਪਲੂਟ ਦਿੱਤੇ ਨੇ, ਤੇ ਫਿਰ ਸਾਡਾ ਪੰਜਾਬ ਦਾ ਪਾਣੀ ਜਿਹੜਾ ਉਹ ਲੈਂਦੇ ਨੇ, ਇਹ ਮੁਫ਼ਤ 'ਚ ਕਿਉਂ ਲੈਂਦੇ ਨੇ ਜੀ, ਇਹਦੀ ਇਹ ਐਵੇਂ ਹੈ ਪਾਣੀ। ਫਿਰ ਇਹ ਉਹਨੂੰ ਵੀ ਛੱਡੋ, ਪਾਣੀ ਸਾਡੇ ਕੋਲ ਜੇ ਸਪੇਅਰ ਹੋਵੇ ਸਾਡੇ ਦੇਸ਼ ਦੇ ਲੋਕ ਨੇ ਉਹਨਾਂ ਨੂੰ ਦੇਣਾ ਕੋਈ ਹਰਜ ਨਹੀਂ, ਪਰ ਸਾਡੇ ਕੋਲ ਆਪਣੇ ਕੋਲ ਹੈ ਨਹੀਂ। ਸਾਨੂੰ ਇਹ ਲੱਗਦਾ ਹੈ ਵੀ ਜੇ ਪੰਜਾਬ 'ਚੋਂ ਪਾਣੀ ਮੁੱਕ ਗਿਆ, ਜਿਹੜਾ ਬਹੁਤ ਜਲਦੀ ਮੁੱਕਣ ਵਾਲਾ, ਕੋਈ ਦੋ ਰਾਇਆ ਨਹੀਂ ਇਹਦੇ 'ਚ, ਜੇ ਪਾਣੀ ਮੁੱਕ ਗਿਆ ਤਾਂ ਇੱਥੋਂ ਮਾਈਗ੍ਰੇਸ਼ਨ ਹੋਏਗੀ, ਪੰਜਾਬ ਦੀ ਸਭਿਅਤਾ ਹੀ ਖਤਮ ਹੋ ਜਾਏਗੀ। ਤੁਸੀਂ ਦੂਜੀ ਜਗ੍ਹਾ ਜਾ ਕੇ ਸੈਟਲ ਹੋ ਗਏ, ਪਰ ਉੱਥੇ ਦੀ ਸਭਿਅਤਾ, ਉੱਥੇ ਦੀ ਕਲਚਰ ਉਹ ਅਡੋਪਟ ਕਰਨੀ ਪਏਗੀ। ਪੰਜਾਬ 'ਚੋਂ ਲੋਕ ਮਾਈਗ੍ਰੇਟ ਕਰ ਜਾਣਗੇ, ਇਹ ਸਾਡੀ ਤਾਂ ਦੋਹਰੀ ਪਹਿਲੇ ਹੀ ਸਮੱਸਿਆ ਖੜੀ ਹੋਈ ਹੈ। ਰਾਜਵਾਲ ਸਾਹਿਬ ਜੀ, ਇੱਕ ਪੰਜਾਬ ਦੇ ਲੋਕ ਇਸ ਗੱਲ ਨੂੰ ਐਂ ਵੀ ਸਮਝਣਾ ਚਾਹੁਣਗੇ ਵੀ ਜੋ 30 ਦਸੰਬਰ ਨੂੰ ਤੁਹਾਡਾ ਪ੍ਰੋਟੈਸਟ ਹੈ ਜਾਂ ਇੱਕ ਪੱਕਾ ਮੋਰਚਾ ਚੰਡੀਗੜ੍ਹ ਦੀ ਧਰਤੀ ਦੇ ਉੱਤੇ, ਉਹ ਪੰਜਾਬੀਆਂ ਨੂੰ ਥੋੜ੍ਹਾ ਜਿਹਾ ਇਹ ਕਲੀਅਰ ਕਰ ਦਿਓ ਕਿ ਉਹ ਪੰਜਾਬ ਸਰਕਾਰ ਦੇ ਖਿਲਾਫ ਸਿੱਧਤ ਹੋਊਗਾ ਜਾਂ ਸੈਂਟਰ ਸਰਕਾਰ ਦੇ ਖਿਲਾਫ ਸਿੱਧਤ ਹੋਊਗਾ। ਨਹੀਂ, ਉਹਦੇ 'ਚ ਦੋ ਹਿੱਸੇ ਅਸੀਂ ਕੀਤੇ, 2 ਮੈਂਬਰਾਂ ਨੂੰ ਦਿੱਤੇ, 5 ਅਗਸਤ ਨੂੰ ਚੰਡੀਗੜ੍ਹ ਜਾ ਕੇ, ਇੱਕ ਪੰਜਾਬ ਸਰਕਾਰ ਨੂੰ, ਇੱਕ ਸੈਂਟਰ ਸਰਕਾਰ ਨੂੰ। ਪੰਜਾਬ ਸਰਕਾਰ ਨੂੰ ਅਸੀਂ ਕਿਹਾ ਵੀ ਜਿੰਨਾ ਪਾਣੀ ਐਲੋਕੇਟ ਹੋਇਆ ਉਹ ਸਾਡੇ ਖੇਤਾਂ ਤੱਕ ਪਹੁੰਚਦਾ ਕਰ ਦਿਓ, ਜਿਵੇਂ ਅੱਜ ਤੋਂ 50 ਸਾਲ ਪਹਿਲਾਂ ਜਾਂਦਾ ਸੀ। ਸੂਏ ਦੇ ਵਿੱਚ ਜਿਹੜਾ ਸਫਾਈ ਨਹੀਂ ਹੋਈ, ਜੋ ਜੋ ਨਹੀਂ ਹੋਇਆ ਠੀਕ, ਜਿਵੇਂ ਮਰਜ਼ੀ ਕਰਾਓ, ਇਹ ਤੁਹਾਡਾ ਕੰਮ ਹੈ, ਉਹਨਾਂ ਤਾਂ ਸਾਡੇ ਪਹਿਲਾਂ ਖੇਤਾਂ 'ਚ ਪਹੁੰਚਦਾ ਕਰੋ, ਉਹਦੇ ਨਾਲ ਤਾਂ ਇਹ ਲੜਾਈ ਹੈ। ਦੂਸਰਾ ਇੱਕ ਇਹ ਵੀ ਹੈ ਪੰਜਾਬ ਸਰਕਾਰ ਦੇ ਖਿਲਾਫ ਸਾਨੂੰ ਕਿਲਾ, ਮੈਂ ਇੱਕ ਚਿੱਠੀ ਲਿਖੀ ਸੀ ਜੁਲਾਈ ਦੇ 1-2 ਜੁਲਾਈ ਨੂੰ, ਜਦੋਂ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਸੀ ਜੈਪੁਰ ਚ 9 ਜੁਲਾਈ ਨੂੰ, 2 ਜੁਲਾਈ 2022 ਦੇ ਵਿੱਚ ਲਿਖੀ ਸੀ।
ਹੁਣ ਜੀ ਹਾਂ 22 ਚ 22 ਚ ਬਾਈ ਠੀਕ ਹੈ ਜੀ 2 ਜੁਲਾਈ 2022 ਨੂੰ ਚਿੱਠੀ ਲਿਖੀ ਸੀ ਜੀ ਕਿਉਂਕਿ 9 ਜੁਲਾਈ ਨੂੰ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਸੀਗੀ ਉੱਥੇ ਚੀਫ ਮਿਨਿਸਟਰਾਂ ਨੇ ਜਾਣਾ ਹੁੰਦਾ ਹੈ ਹੋਮ ਮਿਨਿਸਟਰ ਹੁੰਦਾ ਹੈ ਉੱਥੇ ਪੋਲਿਟਿਕਸ ਨਹੀਂ ਡਿਸਕਸ ਕਰਦੇ ਆਪਣੀਆਂ ਲੋੜਾਂ ਜਿਹੜੀਆਂ ਨੇ ਉਹ ਰੱਖਣੀਆਂ ਹੁੰਦੀਆਂ ਨੇ ਮੈਂ ਚਿੱਠੀ ਲਿਖੀ ਸੀ ਦੋ ਤਿੰਨ ਚੀਜ਼ਾਂ ਲਿਖੀਆਂ ਸੀ ਭਗਵੰਤ ਮਾਨ ਨੂੰ ਇੱਕ ਤਾਂ ਇਹ ਕਿਹਾ ਸੀ ਵੀ ਉੱਥੇ ਜਾ ਕੇ ਡੈਮ ਸੇਫਟੀ ਐਕਟ ਦਾ ਵਿਰੋਧ ਕਰਿਓ ਇਹਨਾਂ ਨੇ ਕੀਤਾ ਨਹੀਂ ਇਹਨਾਂ ਨੇ ਉਲਟਾ ਟ੍ਰਿਬਿਊਨਲ ਮੰਗ ਲਿਆ ਟ੍ਰਿਬਿਊਨਲ ਪਾਣੀ ਵੰਡਣ ਦਾ ਕੰਮ ਕਰਦਾ ਹੈ ਬਿਲਕੁਲ ਫਿਰ ਇਹਦਾ ਮਤਲਬ ਹੋਰ ਪਾਣੀ ਦੇਣਾ ਹਰਿਆਣੇ ਨੂੰ ਫਿਰ ਸ਼ੱਕ ਹੁੰਦਾ ਹੈ ਜਦੋਂ ਹਰਿਆਣੇ ਦਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਾਰ ਬਾਰ ਹਰ ਜਗ੍ਹਾ ਸਟੇਜਾਂ ਤੋਂ ਕਹਿੰਦਾ ਹੈ ਬਈ ਪੰਜਾਬ 'ਚ ਸਾਡੀ ਸਰਕਾਰ ਬਣ ਗਈ ਹਰਿਆਣੇ 'ਚ ਬਣਾ ਦਿਓ ਤੇ ਹਰ ਖੇਤ ਨੂੰ ਪਾਣੀ ਲਾਉਣਾ ਮੇਰਾ ਜੁੰਮਾ ਇਹਦਾ ਮਤਲਬ ਹੋਰ ਪਾਣੀ ਪੰਜਾਬ 'ਚੋਂ ਲੈ ਕੇ ਦੇਣਾ ਇਹਨਾਂ ਨੇ ਜਾ ਕੇ ਇਸੇ ਕਰਕੇ ਟ੍ਰਿਬਿਊਨਲ ਮੰਗਿਆ ਦੂਜਾ ਇਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਜਿਹੜਾ ਡੈਮ ਸੇਫਟੀ ਐਕਟ ਬਣਾਇਆ ਕੇਂਦਰ ਨੇ ਲੋਕੀ ਕਹੀ ਜਾਂਦੇ ਨੇ BBMB BBMB ਕਿੱਥੇ ਵੱਜਣਾ ਸਾਰਾ ਕੁਝ ਤਾਂ ਤੁਹਾਡਾ ਖੋ ਕੇ ਲੈ ਗਏ ਤੁਸੀਂ ਵਿਰੋਧ ਹੀ ਨਹੀਂ ਕੀਤਾ ਡੈਮ ਸੇਫਟੀ ਐਕਟ 'ਚ ਉਹਨਾਂ ਨੇ ਕਹਿ ਦਿੱਤਾ ਵੀ ਡੈਮ ਸਾਡੇ ਕੰਟਰੋਲ 'ਚ ਉਹ ਜਿਹੜਾ ਪਾਣੀ ਦੀਆਂ ਝੀਲਾਂ ਨੇ ਉਹ ਵੀ ਸਾਡੇ ਕੰਟਰੋਲ 'ਚ ਜਨਰੇਸ਼ਨ ਸਾਡੇ ਕੰਟਰੋਲ 'ਚ ਡੈਮ ਸੇਫਟੀ ਐਕਟ 'ਚ ਬਣਾ ਲਏ ਔਰ ਉਹਦੇ ਵਿੱਚ ਇੱਕ ਹੋਰ ਮੱਦ ਪਾਈ ਹੈ ਬੜੀ ਦਿਲਚਸਪ ਉਹ ਕਹਿੰਦੇ ਨੇ ਵੀ ਜੇ ਝੀਲ ਜਾਂ ਡੈਮ ਕਿਸੇ ਹੋਰ ਸਟੇਟ ਨਾਲ ਸਾਂਝਾ ਹੈ ਤਾਂ ਫਿਰ ਉਹਦੇ ਵੀ ਮੈਂਬਰ ਬਣਨਗੇ ਜਿਹੜੀ ਲੋਕਲ ਲੈਵਲ ਦੀ ਬਣੇਗੀ ਨਾ ਕਮੇਟੀ ਉਹਨੂੰ ਡੈਮ ਸੇਫਟੀ ਆਰਗੇਨਾਈਜੇਸ਼ਨ ਕਹਿਣਗੇ ਡੈਮ ਸੇਫਟੀ ਆਰਗੇਨਾਈਜੇਸ਼ਨ ਸਾਡਾ ਹਰਿਆਣੇ ਦੇ ਨੁਮਾਇੰਦੇ ਵੀ ਬਹਿਣਗੇ ਨਾ ਸੋਰੀ ਹਿਮਾਚਲ ਦੇ ਨੁਮਾਇੰਦੇ ਵੀ ਵਿੱਚ ਬਹਿਣਗੇ ਤੇ ਜੰਮੂ ਕਸ਼ਮੀਰ ਦਾ ਵੀ ਕੁਛ ਉਧਰ ਪੌਂਗ ਡੈਮ ਵਾਲੇ ਪਾਸੇ ਹਿੱਸਾ ਉਹ ਵੀ ਪੈਣਗੇ ਕਿਉਂਕਿ ਝੀਲਾਂ ਸਾਂਝੀਆਂ ਨੇ ਉਹਨਾਂ ਦੇ ਰਕਬੇ ਜਾਂਦੀਆਂ ਨੇ ਤੇ ਫਿਰ ਕੀ ਹੋਏਗਾ ਐਕਟ 'ਚ ਲਿਖਤਾ ਵੀ ਜੇ ਇੱਕ ਤੋਂ ਵੱਧ ਸਟੇਟ ਦੇ ਨੁਮਾਇੰਦੇ ਹੋਣਗੇ ਡੈਮ ਸੇਫਟੀ ਆਰਗੇਨਾਈਜੇਸ਼ਨ 'ਚ ਫਿਰ ਉਹ ਫੈਸਲਾ ਨਹੀਂ ਕੋਈ ਲੈ ਸਕਦੇ ਜੀ ਜੇ ਕੋਈ ਫੈਸਲਾ ਜਾਂ ਝਗੜਾ ਪੈ ਗਿਆ ਤਾਂ ਉਹ ਜਿਹੜੀ ਨੈਸ਼ਨਲ ਲੈਵਲ ਦੀ ਡੈਮ ਸੇਫਟੀ ਆਰਗੇਨਾਈਜੇਸ਼ਨ ਉਹ ਫੈਸਲਾ ਕਰੇਗੀ ਔਰ ਉਹ ਵਿਦ ਦਾ ਕੰਸੈਂਟ ਆਫ ਦਾ ਸੈਂਟਰਲ ਗਵਰਨਮੈਂਟ ਇਹਦਾ ਮਤਲਬ ਉਹਨਾਂ ਦਾ ਸਿੱਧਾ ਦਖਲ ਹੋ ਗਿਆ ਇਸੇ ਤਰ੍ਹਾਂ ਜੇ ਹੋਰ ਡਿਸਪਿਊਟ ਅੱਗੇ ਵੱਧ ਗਿਆ ਇੱਕ ਡੈਮ ਸੇਫਟੀ ਅਥਾਰਟੀ ਹੋਏਗੀ ਜਿਹਦੇ 'ਚ ਇੱਕ ਐਡੀਸ਼ਨਲ ਸੈਕਟਰੀ ਲੈਵਲ ਦਾ ਅਫਸਰ ਭਾਰਤ ਸਰਕਾਰ ਦਾ ਉਹਦਾ ਚੇਅਰਮੈਨ ਹੋਏਗਾ ਉਹ ਫੈਸਲਾ ਜੋ ਵੀ ਕਰੇਗਾ ਦੈਟ ਵਿਲ ਬੀ ਐਜ਼ ਪਰ ਦਾ ਡਾਇਰੈਕਸ਼ਨਸ ਆਫ ਦਾ ਸੈਂਟਰਲ ਗਵਰਨਮੈਂਟ ਜੀ ਇਹਦਾ ਮਤਲਬ ਸਾਡਾ ਪਾਣੀ ਵੀ ਲੈ ਗਏ ਡੈਮ ਵੀ ਲੈ ਗਏ ਜਨਰੇਸ਼ਨ ਵੀ ਲੈ ਗਏ ਸਾਡੇ ਕੋਲ ਰਹਿ ਕੇ ਗਿਆ ਇਹਨਾਂ ਨੇ ਵਿਰੋਧ ਨਹੀਂ ਕੀਤਾ ਅੱਜ ਤੱਕ ਵਿਰੋਧ ਨਹੀਂ ਕਰਦੇ ਉਹਦਾ ਜੀ ਦੂਜਾ ਮੈਂ ਕਿਹਾ ਸੀਗਾ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹਦਾ ਵੀ ਉਹ ਸੈਂਟਰਲ ਯੂਨੀਵਰਸਿਟੀ ਬਣਾਉਣ ਲੱਗੇ ਨੇ ਇਹਦਾ ਵਿਰੋਧ ਕਰਿਓ ਕਿਉਂਕਿ ਪੰਜਾਬ ਯੂਨੀਵਰਸਿਟੀ ਪਰ ਪਾਕਿਸਤਾਨ 'ਚ ਲਾਹੌਰ ਰਾਜਵਾਲ ਸਾਹਿਬ ਜਿਵੇਂ ਜਦੋਂ ਪੰਜਾਬ ਤੇ ਆਪਣਾ ਮੀਟਿੰਗ ਹੋਈ ਸੀ ਇੱਕ ਹਰਿਆਣਾ ਸੀਐਮ ਰਾਜਸਥਾਨ ਦੇ ਵਿੱਚ ਉਦੋਂ ਹਰਿਆਣਾ ਸੀਐਮ ਮਨੋਹਰ ਲਾਲ ਖੱਟਰ ਨੇ ਇਹ ਮੰਗ ਰੱਖਤੀ ਸੀ ਕਿ ਸਾਨੂੰ ਤੁਸੀਂ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਦੇ ਵਿੱਚ ਇੰਨੀ ਕੁ ਸਾਨੂੰ ਥਾਂ ਦੇ ਦਿਓ 10 ਏਕੜ ਉਦੋਂ ਫਿਰ ਪੰਜਾਬ ਦੇ ਸੀਐਮ ਦੀ ਕਹਾ ਵੀ ਸਟੇਟਮੈਂਟ ਸੀ ਨਾ ਕਿ ਫਿਰ ਸਾਨੂੰ ਵੀ ਥਾਂ ਚਾਹੀਦੀ ਹੈ ਤੇ ਫਿਰ ਪਰ ਉਹਨੂੰ ਇਹ ਗਲਤ ਸਟੇਟਮੈਂਟ ਸੀ ਉਹਦੀ ਉਹਨੂੰ ਚਾਹੀਦਾ ਸੀ ਉਹ ਕਹਿੰਦਾ ਵੀ ਪੰਜਾਬ ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡ ਉਜਾੜ ਕੇ ਵਸਿਆ ਹੋਇਆ ਇਹਦੇ ਪੰਜਾਬ ਦਾ ਹੱਕ ਹੈ ਇਹਦੇ ਵਿੱਚ ਅਸੀਂ ਬਿਲਕੁਲ ਕੋਈ ਥਾਂ ਨਹੀਂ ਦੇਣੀ ਜਦੋਂ ਰੀਆਰਗਨਾਈਜੇਸ਼ਨ ਹੋਈ ਹੈ ਨਾ 1966 ਵਿੱਚ ਉਸ ਵੇਲੇ ਇੱਕ ਫੈਸਲਾ ਸੀ ਵੀ 5 ਸਾਲਾਂ ਦੇ ਵਿੱਚ ਵਿੱਚ ਹਰਿਆਣਾ ਤੈਅ ਕਰੇਗਾ ਉਹਨੇ ਆਪਣੀ ਰਾਜਧਾਨੀ ਕਿੱਥੇ ਬਣਾਉਣੀ ਹੈ ਜੀ ਉਹਦੇ ਲਈ ਪਹਿਲਾਂ ਕੋਈ 20 ਕਰੋੜ ਰੱਖਿਆ ਸੀ ਫਿਰ ਉਹਨਾਂ ਨੇ 5 ਸਾਲ ਬਾਅਦ 1000 ਕਰੋੜ ਦੇਣ ਦਾ ਵਾਅਦਾ ਕਰ ਲਿਆ ਸੀ ਜੀ ਹਰਿਆਣੇ ਨੂੰ ਤੇ ਹਰਿਆਣੇ ਨੇ ਅੱਜ ਤੱਕ ਫੈਸਲਾ ਨਹੀਂ ਕੀਤਾ ਉਹਨੇ ਆਪਣੀ ਰਾਜਧਾਨੀ ਕਿੱਥੇ ਬਣਾਉਣੀ ਹੈ ਸਾਡੀ ਰਾਜਧਾਨੀ ਦੇ ਵਿੱਚੋਂ ਕਿਉਂ ਲਵੇ ਜੀ ਉਹ ਜ਼ਮੀਨ ਇਹਨੂੰ ਸੋਚ ਸਮਝ ਕੇ ਗੱਲ ਕਹਿਣੀ ਚਾਹੀਦੀ ਸੀ ਪਰ ਰਾਜਵਾਲ ਸਾਹਿਬ ਕੇਂਦਰ ਵੀ ਤਾਂ ਲਗਾਤਾਰ ਇਸ ਗੱਲ ਵੱਲ ਵੱਧ ਰਿਹਾ ਕਿ ਜਿਹੜੇ ਰਾਜਾਂ ਦੇ ਅਧਿਕਾਰ ਨੇ ਜਾਂ ਜਿਹੜੀਆਂ ਰਾਜਾਂ ਦੀਆਂ ਸ਼ਕਤੀਆਂ ਨੇ ਸੈਂਟਰਲਾਈਜੇਸ਼ਨ ਕਰ ਦਈਏ ਅਸੀਂ ਉਹਨੀ ਸਾਰੀ ਤਾਕਤਾਂ ਦਾ ਫਿਰ ਸੂਬਿਆਂ ਦੇ ਅਧਿਕਾਰਾਂ ਦੇ ਲਈ ਲੜੂਗਾ ਕੌਣ ਕਿਉਂਕਿ ਪੋਲੀਟੀਕਲ ਜਿਹੜੀ ਪਾਰਟੀਜ਼ ਹੈਗੀਆਂ ਨੇ ਇਹ ਤਾਂ ਸਿਰਫ ਇਲੈਕਸ਼ਨ ਤੱਕ ਸੀਮਿਤ ਹੁੰਦੀਆਂ ਨੇ ਤੇ ਫਿਰ ਹੱਕਾਂ ਦੀ ਗੱਲ ਕਿਵੇਂ ਮੈਂ ਉਹੀ ਗੱਲ ਕਰਦਾ ਇਹ ਵੀ ਇੱਕ ਇੱਕ ਹਿੱਸਾ ਹੈ ਉਹਦਾ ਜਦੋਂ ਮੈਂ ਚੰਡੀਗੜ੍ਹ ਦੀ ਗੱਲ ਕਰਨ ਲੱਗਿਆ ਸੀ ਨਾ ਤੁਹਾਨੂੰ ਬਈ ਉੱਥੇ ਉਹਨਾਂ ਜਿਹੜੀ ਹੈ ਜ਼ਮੀਨ ਦੀ ਤੁਸੀਂ ਗੱਲ ਕੀਤੀ ਹੈ ਇਹ ਡੈਮ ਸੇਫਟੀ ਐਕਟ ਦੀ ਗੱਲ ਕੀਤੀ ਹੈ ਸਾਰਾ ਕੁਛ ਇੱਕ ਇੱਕ ਕਰਕੇ ਖੋਈ ਜਾ ਰਿਹਾ ਇੱਕ ਬਦਕਿਸਮਤੀ ਇਹ ਹੈ ਬਈ ਜਦੋਂ ਤੋਂ ਅਸੀਂ ਆਜ਼ਾਦ ਹੋਏ ਹਾਂ ਉਦੋਂ ਤੋਂ ਅੱਜ ਤੱਕ ਜਿਹੜੀ ਵੀ ਸਰਕਾਰ ਆਈ ਉਹਨੇ ਪੰਜਾਬ ਨੂੰ ਨਸਤਰ ਲਾਇਆ ਪੰਜਾਬ ਨੂੰ ਨੀ ਕਿਸੇ ਨੇ ਬਖਸ਼ਿਆ ਔਰ ਸਭ ਤੋਂ ਮਾੜੀ ਗੱਲ ਇਹ ਹੋਈ ਵੀ ਜਦੋਂ ਧਾਰਾ 78-79-80 ਚੈਲੰਜ ਕੀਤੀ ਗਈ ਸੁਪਰੀਮ ਕੋਰਟ ਦੇ ਵਿੱਚ ਤਾਂ ਸਾਡੇ ਉਸ ਵੇਲੇ ਦੇ ਮੁੱਖ ਮੰਤਰੀ ਜਿਹੜੇ ਸੀਗੇ ਦਰਬਾਰਾ ਸਿੰਘ ਹੋਰੀ ਜਦੋਂ ਉਹ ਤੋਂ ਬਾਅਦ ਆਏ ਉਹਨੂੰ ਇੰਦਰਾ ਨੇ ਕਿਹਾ ਵੀ ਜਾਂ ਚੀਫ਼ ਮਿਨਿਸਟਰੀ ਦੇਖ ਲੈ ਜਾਂ ਫਿਰ ਇਹ ਕੇਸ ਵਾਪਸ ਲੈ ਲੈ ਉਹਨੇ ਕੇਸ ਵਾਪਸ ਲੈ ਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਤਾ ਜਿਹੜਾ ਕਦੇ ਪੂਰਾ ਨਹੀਂ ਹੋਣਾ ਉਹਦੇ ਕਰਕੇ ਉਹਨਾਂ ਕੋਲ ਅਧਿਕਾਰ ਨੇ ਨਹੀਂ ਕੀ ਫਿਰ ਜਦੋਂ ਜਦੋਂ ਆਪਾਂ ਜਾਣਦੇ ਹਾਂ ਕਿ ਦਰਬਾਰਾ ਸਿੰਘ ਹੋਰਾਂ ਨੇ ਕੇਸ ਵਾਪਸ ਲੈ ਲਿਆ ਸੀ ਸੁਪਰੀਮ ਕੋਰਟ ਦੇ ਵਿੱਚੋਂ ਕੀ ਫਿਰ ਪੰਜਾਬ ਦੇ ਵਿੱਚ ਸਰਕਾਰਾਂ ਵੀ ਬਦਲੀਆਂ ਦੁਬਾਰੇ ਫਿਰ ਕੇਸ ਕਿਉਂ ਨਹੀਂ ਉਹ ਲਾਇਆ ਗਿਆ ਨਹੀਂ ਦੁਬਾਰਾ ਕੇਸ ਪੈਂਡਿੰਗ ਹੈ 2007 ਚ ਫੇਰ ਹੋਇਆ ਕੇਸ
ਪੈਂਡਿੰਗ ਹੈ, ਜੀ ਸੁਪਰੀਮ ਕੋਰਟ ਸੁਣ ਨਹੀਂ ਰਹੀ। ਮੈਂ ਇੱਕ ਚਿੱਠੀ ਲਿਖ ਰਿਹਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇਹਨਾਂ ਮਸਲਿਆਂ ਦੇ ਉੱਤੇ ਹੀ, ਭਾਈ ਪੰਜਾਬ ਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ, ਪੰਜਾਬ ਦੀ ਸਾਈਕੀ ਸਮਝੋ। ਪੰਜਾਬ ਉਹ ਸਟੇਟ ਹੈ ਜਿਹਨੇ ਦੇਸ਼ ਦੀ ਆਜ਼ਾਦੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਫਾਂਸੀਆਂ ਤੇ ਸਭ ਤੋਂ ਵੱਧ ਅਸੀਂ ਚੜ੍ਹੇ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਅਸੀਂ ਕੱਟੀਆਂ, ਤੇ ਜਦੋਂ ਵੱਖ ਹੋਏ ਤਾਂ ਪੰਜਾਬ ਔਰ ਬੰਗਾਲ ਦੀ ਵੰਡ ਹੋਈ ਹੈ, ਦੇਸ਼ ਦੀ ਵੰਡ ਨਹੀਂ ਹੋਈ। ਪੰਜਾਬ ਦੀ ਵੰਡ ਹੋਣ ਵੇਲੇ 10 ਲੱਖ ਪੰਜਾਬੀ ਜਿਹੜਾ ਉਸ ਵੇਲੇ ਮਰਿਆ ਸੀ, ਉਹਨਾਂ ਦੀਆਂ ਲਾਸ਼ਾਂ ਤੇ ਦੇਸ਼ ਦੀ ਆਜ਼ਾਦੀ ਮਿਲੀ ਹੈ। ਜੀ 10 ਲੱਖ ਲੋਕੀ ਮਰੇ ਨੇ ਉਸ ਵੇਲੇ ਜਦੋਂ ਬਿਲਕੁਲ ਪਾਕਿਸਤਾਨ ਤੇ ਬਿਲਕੁਲ ਪੰਜਾਬ ਬਣਿਆ, ਤੇ ਜੀ ਤਕਲੀਫ ਤਾਂ ਸਾਨੂੰ ਹੈ। ਫਿਰ ਉਹ ਤੇ ਬਾਅਦ ਜਦੋਂ ਵੀ ਦੇਸ਼ ਨੂੰ ਲੋੜ ਪਈ, ਚਾਹੇ 65 ਦੀ ਜੰਗ ਹੋਈ, 67 ਦੀ ਹੋਈ, 71 ਦੀ ਹੋਈ, ਅਸੀਂ ਪੰਜਾਬੀਆਂ ਨੇ ਮੋਹਰੀ ਹੋ ਕੇ ਲੜੇ, ਹਾਂ ਦੇਸ਼ ਨੂੰ ਬਚਾਇਆ। ਜੇ ਅੰਨ ਸੰਕਟ ਦੀ ਗੱਲ ਹੋਈ ਤਾਂ ਪੰਜਾਬ ਚੁਣਿਆ ਗਿਆ, ਪੰਜਾਬ ਨੇ ਹਿੱਕ ਢਾਹ ਕੇ ਇਸ ਮਸਲੇ ਇਸ ਫਰੰਟ ਤੇ ਵੀ ਕੰਮ ਕੀਤਾ ਔਰ ਅਸੀਂ ਦੇਸ਼ ਨੂੰ ਅੰਨ ਸੰਕਟ ਚੋਂ ਕੱਢਿਆ। ਮੈਂ ਉਹਨੂੰ ਲਿਖ ਰਿਹਾ ਵੀ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਪੰਜਾਬੀਆਂ ਦੇ ਅੰਦਰ ਇੱਕ ਹੁਸੜ ਹੈ, ਹੁਸੜ ਇਹ ਹੈ ਵੀ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਸਾਨੂੰ ਇਹ ਦੇਸ਼ ਦਾ ਹਿੱਸਾ ਹੀ ਨਹੀਂ ਸਮਝਦੇ। ਜੀ ਜਦੋਂ ਕੁਝ ਪੰਜਾਬ ਦੀ ਗੱਲ ਆਉਂਦੀ ਹੈ, ਪੰਜਾਬ ਨੂੰ ਨਸਤਰ ਲਾ ਦਿੰਦੇ ਨੇ, ਪਾਣੀ ਪੰਜਾਬ ਦਾ ਲੁੱਟ ਲਿਆ, ਜਿਵੇਂ ਰਾਜਵਾਲ ਰਾਜਪਾਲ ਤਾਂ ਸਾਹਿਬ ਪੰਜਾਬ ਦੀ ਜੀ, ਨਹੀਂ। ਜਿਵੇਂ ਜਦੋਂ ਆਪਣਾ ਖੇਤੀ ਕਾਨੂੰਨ ਦੇ ਖਿਲਾਫ ਅੰਦੋਲਨ ਵਾਪਸ ਆਇਆ ਸੀ, ਤੇ ਉਦੋਂ ਇੱਕ ਗੱਲ ਸੀ ਕਿ ਮੁਲਤਵੀ ਕੀਤਾ ਗਿਆ ਅੰਦੋਲਨ, ਅਜੇ ਖਤਮ ਨਹੀਂ ਕੀਤਾ ਗਿਆ, ਤੇ ਹੁਣ ਜਿਹੜੀਆਂ ਨਵੀਆਂ ਸ਼ੁਰੂਆਤਾਂ ਹੈਗੀਆਂ ਨੇ, ਇਹ ਨਵੀਂ ਸ਼ੁਰੂਆਤ ਆਪਾਂ ਦੇਖ ਸਕਦੇ ਹਾਂ ਕਿ ਉਸੇ ਰੂਪ ਦੇ ਵਿੱਚ, ਉਸੇ ਲੜਾਈ ਦੇ ਰੂਪ ਦੇ ਵਿੱਚ ਇੱਕ ਵਾਰ ਫਿਰ, ਕਿਉਂਕਿ MSP ਦੀ ਮੰਗ ਹੋ ਗਈ, ਲਖੀਮਪੁਰ ਘਟਨਾ ਹੋ ਗਈ ਹੈ ਨਾ, ਤਮਾਮ ਵੱਡੇ ਮਸਲੇ ਅਜੇ ਹੈਗੇ ਨੇ ਜਿਹੜੇ ਪੈਂਡਿੰਗ ਨੇ, ਕੀ ਉਹਨਾਂ ਵੱਡੇ ਮਾਮਲਿਆਂ ਦੀ ਸ਼ੁਰੂਆਤ ਇਹ? ਬਿਲਕੁਲ, ਮੈਂ ਸਮਝਦਾ ਸ਼ੁਰੂਆਤ ਹੈ। ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਮੈਨੂੰ ਆ ਕੇ ਮਿਲਦੀਆਂ ਨੇ ਔਰ ਉਹ ਕਹਿੰਦੀਆਂ ਨੇ ਵੀ ਅਸੀਂ ਤੁਹਾਡੇ ਨਾਲ ਆਉਣਾ ਉਸ ਇਸ ਮੋਰਚੇ ਤੇ, ਔਰ ਹੋਰ ਵੀ ਮੈਨੂੰ ਮੈਨੂੰ ਕਸ਼ਟ ਹੈ ਜਿਹੜਾ ਉਹ ਮੈਂ ਹੀ ਸਮਝਦਾ, ਜਿਸ ਤਰ੍ਹਾਂ ਇਹਨਾਂ ਨੇ ਅੰਦੋਲਨ ਨੂੰ ਤੋੜਿਆ, ਕਿਉਂਕਿ ਸ਼ੁਰੂ ਮੈਂ ਕੀਤਾ ਸੀ, ਇਹਨੂੰ ਨਿਪਟਾਉਣ ਵਿੱਚ ਮੇਰਾ ਅਹਿਮ ਰੋਲ ਸੀਗਾ, ਮੈਨੂੰ ਓਨਾ ਹੀ ਕਸ਼ਟ ਵੀ ਮੈਨੂੰ ਵੱਧ ਹੈ। ਇਹ ਤਾਂ ਬੇਸ਼ਰਮ ਏਡੇ ਨੇ ਮੇਰੇ ਕੋਲ ਆਏ ਨੇ, ਮੈਨੂੰ ਕਹਿੰਦੇ ਨੇ ਜੀ ਤੁਸੀਂ ਸਾਡੇ ਨਾਲ ਆਓ, ਮੈਂ ਕਿਹਾ ਮੇਰਾ ਤੁਹਾਡੇ ਤੇ ਮਨ ਨਹੀਂ ਟਿਕਦਾ, ਮੈਂ ਹੱਥ ਬੰਨੇ ਤੁਹਾਨੂੰ ਮੈਂ ਇਕੱਲਾ ਲੜ ਲੂ, ਮੇਰੇ ਨਾਲ ਜਿਹੜੇ ਲੋਕ ਨੇ ਲੋਕ ਚਾਹੀਦੇ ਨੇ, ਤੇ ਤੁਹਾਨੂੰ ਤਾਂ ਮੈਂ ਹੱਥ ਬੰਨੇ, ਤੁਸੀਂ ਪਤਾ ਨਹੀਂ ਕਿੱਧਰ ਨੂੰ ਤੁਰ ਜਾਣਾ, ਫਿਰ ਕੋਈ ਤੁਹਾਡਾ ਵਿਸ਼ਵਾਸ ਨਹੀਂ। ਹੁਣ ਕਿਹੜੇ ਕਿਹੜੇ ਗਰੁੱਪ ਨੇ ਰਾਜਵਾਲ ਸਾਹਿਬ ਤੁਹਾਡੇ ਨਾਲ ਅੰਦੋਲਨ? ਨਹੀਂ, ਮੈਂ ਹਾਲੇ ਵਕਤ ਤੋਂ ਪਹਿਲਾਂ ਨਹੀਂ ਕੁਛ ਕਹਿਣਾ ਹੈ। ਬਹੁਤ ਸਾਰੇ ਜਿਹੜੇ ਨੌਨ ਕਮਿਊਨਿਸਟ ਨੇ ਉਹ ਤਾਂ ਮੈਨੂੰ ਕਹਿ ਗਏ ਵੀ ਅਸੀਂ ਤੁਹਾਡੇ ਨਾਲ ਹੈਗੇ ਹਾਂ। ਜਿਹੜੀਆਂ 5 ਜਥੇਬੰਦੀਆਂ ਅਸੀਂ ਹੈਗੇ ਹਾਂ, ਉਹਨਾਂ ਦੇ ਵਿੱਚ ਕੁਛ ਲੈਫਟ ਵਾਲੇ ਹੈਗੇ ਨੇ, ਪਰ ਉਹਨਾਂ ਦੀ ਇੱਕ ਖੂਬੀ ਇਹ ਹੈ ਵੀ ਉਸ ਵੇਲੇ ਮੈਂ ਜਦੋਂ ਉਹਨਾਂ ਨੂੰ ਕਿਹਾ ਵੀ ਬਾਕੀ ਵੀ ਗਏ ਤੁਸੀਂ ਵੀ ਜਾਓ, ਉਹ ਕਹਿੰਦੇ ਅਸੀਂ ਗਲਤ ਪਾਸੇ ਨਹੀਂ ਜਾਣਾ, ਸਾਡਾ ਚਾਹੇ ਕੱਖ ਨਾ ਰਹੇ, ਅਸੀਂ ਤੁਹਾਡੇ ਨਾਲ ਹੀ ਰਹਿਣਾ। ਜੀ ਉਹ ਇਸ ਗੱਲ ਦੀ ਮੈਂ ਉਹਨਾਂ ਦੀ ਕਦਰ ਕਰਦਾ। ਰਾਜਵਾਲ ਸਾਹਿਬ, ਇਲੈਕਸ਼ਨ ਦੇ ਜੇਕਰ ਆਪਾਂ ਤੁਸੀਂ ਥੋੜਾ ਜਿਹਾ ਗੱਲ ਕਰਨਾ ਚਾਹੋ, ਵੀ ਇਲੈਕਸ਼ਨ ਦਾ ਜੋ SSM ਬਣਿਆ ਸੀ ਨਾ, ਇੱਕ ਫੈਸਲਾ ਲਿਆ ਗਿਆ ਸੀ, ਉਸ ਫੈਸਲੇ ਤੇ ਅੱਜ ਤੁਹਾਡੇ ਕੀ ਵਿਚਾਰ ਨੇ? ਉਸ ਸਮੇਂ ਜਿਵੇਂ ਫੈਸਲਾ ਲਿਆ ਗਿਆ ਸੀ, ਕਿਸ ਅੱਜ ਤੁਸੀਂ ਦੇਖੋ ਜੀ, SSM ਤਾਂ ਹਾਲੇ ਰਜਿਸਟਰ ਹੋਣਾ ਹੈ, ਹਾਲੇ ਉਹਦੀ ਪ੍ਰਕਿਰਿਆ ਚੱਲਦੀ ਹੈ, ਜੀ ਉਹਦੀ ਐਪਲੀਕੇਸ਼ਨ ਦਿੱਤੀ ਹੋਈ ਹੈ ਰਜਿਸਟ੍ਰੇਸ਼ਨ ਕਰਾਉਣ ਵਾਸਤੇ। ਮੈਂ ਤਾਂ ਸ਼ਾਇਦ ਹੁਣ ਨਾ ਫਿਰ ਲੜਾਂ, ਇਲੈਕਸ਼ਨ ਮੇਰਾ ਤਾਂ ਮਨ ਨਹੀਂ ਹੈ, ਹੁਣ ਉਮਰ ਨਹੀਂ ਇਜਾਜ਼ਤ ਦਿੰਦੀ, 80 ਸਾਲਾਂ ਦਾ ਮੈਂ ਹੋ ਗਿਆ, ਪਰ ਮੈਂ ਸਮਝਦਾ ਵੀ ਜਿਹੜੀ ਇੱਕ ਪਾਰਟੀ ਖੜੀ ਹੋ ਗਈ, ਇਹ ਇੱਕ ਲੋਕਾਂ ਦੀ, ਆਮ ਲੋਕਾਂ ਦੀ ਪਾਰਟੀ ਖੜੀ ਹੋਣੀ ਜ਼ਰੂਰੀ ਹੈ। ਜਿਸ ਤਰ੍ਹਾਂ ਦੀਆਂ ਅੱਜ ਦੀਆਂ ਪੋਲੀਟੀਕਲ ਪਾਰਟੀਆਂ, ਹੁਣ ਜੇ ਕੋਈ ਕਿਸਾਨਾਂ ਦਾ ਮਸਲਾ ਆ ਗਿਆ, ਇਹ ਕੋਈ ਬੋਲਦਾ ਹੀ ਨਹੀਂ, ਕਹਿੰਦੇ ਜੀ ਇਹ ਤਾਂ ਕਿਸਾਨ ਯੂਨੀਅਨ ਦਾ ਕੰਮ ਹੈ, ਨਹੀਂ ਰਾਜਵਾਲ ਸਾਹਿਬ ਪਾਣੀਆਂ ਦਾ ਮਸਲਾ, ਇਹਦੇ ਤੇ ਨਹੀਂ ਬੋਲਦੇ। ਇੱਕ ਮੇਰਾ ਆਹੀ ਸਵਾਲ ਸੀ, ਮੈਂ ਬੀਤੇ ਕੱਲ ਵੀ 2-3 ਕਿਸਾਨ ਆਗੂਆਂ ਦੇ ਨਾਲ ਇੰਟਰਵਿਊਜ਼ ਕੀਤੀ, ਗੱਲਬਾਤ ਕੀਤੀ, ਮੈਂ ਇੱਕ ਉੱਥੇ ਵੀ ਸਵਾਲ ਰੱਖਿਆ ਸੀ, ਮੈਂ ਸਵਾਲ ਰੱਖਿਆ ਸੀ ਵੀ ਜਿਹੜੀਆਂ ਮੰਗਾਂ ਨੇ ਯੂਨੀਅਨ ਦੀਆਂ, ਉਹ ਕਿਸਾਨੀ ਮੰਗਾਂ ਨੇ, ਕਿਸਾਨੀ ਮਸਲੇ ਹੱਲ ਕਰਨ ਦੀਆਂ ਮੰਗਾਂ ਨੇ, ਵੀ ਕੀ ਦੁਬਾਰੇ ਫਿਰ ਨਹੀਂ ਇਕੱਠੇ ਹੋ ਸਕਦੇ? ਤਾਂ ਜ਼ਿਆਦਾਤਰ ਕਿਸਾਨ ਆਗੂਆਂ ਦਾ ਵਿਚਾਰ ਹੈ, ਉਹ ਕਹਿੰਦੇ ਵੀ ਇਹ ਤਾਂ ਮਤਲਬ ਸਮੇਂ ਤੋਂ ਕੋਈ ਸਮਾਂ ਹੀ ਹੁੰਦਾ ਜਦੋਂ ਸਾਰੇ ਇਕੱਠੇ ਹੋ ਜਾਣ, ਵੀ ਹਰ ਵਾਰ ਇੱਦਾਂ ਨਹੀਂ ਹੁੰਦਾ ਹੈਗਾ ਕਿ ਸਾਰੇ ਆਗੂ ਇਕੱਠੇ ਹੋ ਜਾਣ, ਉਹ ਸਮਾਂ ਸੀ ਕਿਸਾਨੀ ਅੰਦੋਲਨ ਦੇ ਵਿੱਚ ਇਕੱਠੇ ਹੋ ਕੇ ਸਾਰੇ ਲੜ ਪਏ, ਵੀ ਹੁਣ ਮੁਸ਼ਕਲ ਹੈ। ਚਲੋ ਇਹ ਤਾਂ ਵਕਤ ਦੱਸੂ ਕੀ ਹੁੰਦਾ ਹੈ, ਇਹ ਤਾਂ ਮੈਂ ਅੱਜ ਪਹਿਲਾਂ ਪ੍ਰੀਡਿਕਟ ਨਹੀਂ ਕਰਦਾ, ਪਰ ਮੈਨੂੰ ਤਾਂ ਲੱਗਦਾ ਵੀ ਇਹ ਮਸਲਾ ਐਸਾ ਹੈ, ਇੱਥੇ ਮਜਬੂਰੀ ਹੋਣਾ, ਸਭ ਨੂੰ ਆਉਣਾ ਪੈਣਾ, ਲੋਕੀ ਇੱਧਰ ਨੂੰ ਤਿਆਰ ਨੇ। ਮੈਂ ਜੋ ਅਸੈਸਮੈਂਟ ਕਰ ਰਿਹਾ, ਜਿਸ ਤਰ੍ਹਾਂ ਲੋਕਾਂ ਦੀਆਂ ਹੁੰਗਾਰਾ ਮਿਲ ਰਿਹਾ, ਮੈਨੂੰ ਲੱਗਦਾ ਵੀ ਇਹ ਮੋਰਚਾ ਫੇਰ ਉਸੇ ਤਰ੍ਹਾਂ ਦਾ ਹੋਊ, ਜਿਹੜਾ ਨਹੀਂ ਨਹੀਂ ਆਊਗਾ ਪਿੱਛੇ ਰਹਿ ਜਾਊ, ਲੋਕੀ ਛੱਡ ਜਾਣਗੇ ਉਹਨੂੰ, ਕਿਉਂਕਿ ਪਾਣੀ ਪਾਣੀ ਪੰਜਾਬੀਆਂ ਜੀ, ਜਿਵੇਂ ਤੁਹਾਡੀ ਤੁਹਾਡੀ ਗੱਲ ਪੰਜਾਬ ਦੇ ਵਿੱਚ ਸੁਣੀ ਜਾਂਦੀ ਹੈ, ਪੰਜਾਬ ਤੋਂ ਬਾਹਰ ਤੁਹਾਡੀ ਗੱਲ ਸੁਣੀ ਜਾਂਦੀ ਹੈ, ਇਸ ਮੋਰਚੇ ਦੇ ਸੰਦਰਭ ਦੇ ਵਿੱਚ ਆਖਰੀ ਮੇਰਾ ਸਵਾਲ, ਪੰਜਾਬੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਂ ਪੰਜਾਬੀਆਂ ਨੂੰ ਇਹੋ ਬੇਨਤੀ ਕਰਨੀ ਚਾਹਾਂਗਾ ਵੀ ਇਹ ਮੁੱਦਾ ਬਹੁਤ ਗੰਭੀਰ ਮੁੱਦਾ ਹੈ ਪਾਣੀ ਦਾ, ਪਾਣੀ ਤੇ ਬਿਨਾਂ ਜੀਵਨ ਨਹੀਂ, ਪਾਣੀ ਤੇ ਬਿਨਾਂ ਤੁਹਾਡਾ ਸੱਭਿਆਚਾਰ ਨਹੀਂ, ਤੁਹਾਡਾ ਸਾਰਾ ਪੰਜਾਬ ਦਾ ਜਿਹੜਾ 1000 ਸਾਲ ਪੁਰਾਣਾ ਕਲਚਰ ਹੈ ਤੁਹਾਡੀ, ਤੁਹਾਡਾ ਸੱਭਿਆਚਾਰ ਇਹ ਖਤਮ ਹੋ ਜਾਏਗਾ। ਜੇ ਪਾਣੀ ਹੋਏਗਾ ਤਾਂ ਖੇਤੀ ਹੋਏਗੀ, ਜੇ ਖੇਤੀ ਹੋਏਗੀ ਤਾਂ ਪੰਜਾਬ ਬਚੇਗਾ।
जी खेती ਦੇ ਨਾਲ ਇੱਥੇ ਦੀ ਇੰਡਸਟਰੀ ਜੁੜੀ ਹੈ, ਖੇਤੀ ਦੇ ਨਾਲ ਇੱਥੇ ਦਾ ਵਪਾਰ ਜੁੜਿਆ, ਸਾਰਾ ਕੁਝ ਇਹਦੇ ਨਾਲ ਹੈ। ਸਿਰਫ ਕਿਸਾਨਾਂ ਦਾ ਮਸਲਾ ਨਹੀਂ, ਇਹ ਸਮੁੱਚੇ ਪੰਜਾਬ ਦਾ ਮਸਲਾ ਹੈ, ਹਰ ਇੱਕ ਪੰਜਾਬੀ ਨੂੰ ਇਹਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ। जी बिल्कुल। राज्यपाल साहब बहुत बहुत शुक्रिया, तुसी बचार रखे। मेहरबानी, मेहरबानी, जी थैंक यू, जी सत श्री अकाल। सत श्री अकाल।